असंख्य चोर हराम खो असंख्य अमर कर जो है जो असंख अमर कर जो है जो कर जो है जो असंख गलवड हत्या कमा असंख गलवड हत्या कमा असंख पापी पाप कर जा असंख पापी पाप कर जा असंख कूड़े और कूड़े फिरा असंख कूड़ियार कूड़े फिरा असंख मलेच्छ मल पाख खा असंख मलेच्छ मल पाख असंख निंदक सिर करे भार असंख निंदक सिर कर नानक नीच कहे विचार न जा वारिया जो तुद बाव सोई पली का जो तुद बाव सोई पली का तू सदा सलामत
निरंकार तू सदा सलामत निरंकार निरंकार ननक नीच कहे विचार ननक नीच कहे नानक नीच कहे विचार नानक नीच कहे विचार पापी कर्म कमाओ नीच कहे विचार पापी कर्म कमाऊंगे कर दे हाय पाप बुरा पाप बुरा पापी को प्यारा नीच कहे विचार पाप बुरा पापी को प्यारा पाप लद्दे पापे पसारा कंचन नारी में जियो लुप्त है कंचन नारी में जियो लुप्त है मो मीठा माया घर मंदिर कोड़े खुशी कर मंदर कोड़े खुशी मन अनरस लाया हर प्रभ चित न आवई हर प्रभ चित न आवई लब कुत्ता कूड़ चूड़ा ठग खादा मुर्दार ठग खादा मुर्दार पर निंदा पर माल मुख सुद्धि पर निंदा पर माल मुख सुद्धि अग्न क्रोध चंडाल रस कस आप सलाहना ए कर्म मेरे ए कर्म मेरे इत रुकना चाहना मुढ़ले रूप विच एक लफज की सांझ जरूरी है ए नीच शब्द जेड़ा है क्योंकि उत्तम ते नीच दोहां दा दोहां दी विचार चल रही है सवेर दी पौड़ी विच शब्द विच धर्मी लोगों की धर्म कमाने वाले अपने अपने राह तो
ਧਰਮ ਕਮਾਉਣ ਵਾਲਿਆਂ ਦੀ ਲਿਸਟ ਸੀ, ਜ਼ਿਕਰ ਸੀ। ਤੇ ਧਰਮ ਕਮਾਉਣ ਵਾਲੇ ਉੱਤਮ ਹੋ ਸਕਦੇ ਨੇ। ਤੇ ਹੁਣ ਧਨ ਕਮਾਉਣ ਵਾਲਿਆਂ ਦੀ ਧਰਮ ਤੋਂ ਦੂਰ ਸੰਚੈ ਦਰਬ ਦੇ ਦੁੱਖ ਲੋਗ ਐਸੇ ਨੀਚ ਕਰਮੀਆਂ ਦੀ ਲਿਸਟ ਹੈ। ਇਸ ਲਈ ਵਿਚਾਰ ਨੀਚਾਂ ਦੀ ਹੈ। ਸਿੱਧੇ ਲਫ਼ਜ਼ਾਂ ਵਿੱਚ ਅਸੀਂ ਕਈ ਵਾਰ ਆਖ ਦਿੰਦੇ ਹਾਂ, ਗੁਰੂ ਨਾਨਕ ਨੇ ਆਖਿਆ ਇੱਥੇ ਆਪਣੇ ਆਪ ਨੂੰ ਨੀਚ ਨੇ, ਕਿਉਂਕਿ ਨੀਚ ਲਫ਼ਜ਼ਾਂ ਦੀ ਨੀਚ ਲੋਕਾਂ ਦੀ ਵਿਚਾਰ ਇਸ ਪੌੜੀ ਵਿੱਚ ਹੈ, ਨੀਚ ਲੋਕਾਂ ਦੀ। ਇਹੋ ਕਾਰਨ ਹੈ ਕਾਫੀਆ ਤਿੰਨਾਂ ਪੌੜੀਆਂ ਦਾ ਮਿਲਦਾ, ਪਰ ਬਾਕੀ ਪੌੜੀਆਂ ਨਾਲ ਨਾਨਕ ਨੀਚ ਕਹੇ ਵਿਚਾਰ ਨੇ। ਉੱਥੇ ਕੁਦਰਤ ਕਮਨ ਕਹਾ ਵਿਚਾਰ ਹੈ, ਉਹਦੇ ਨਾਲ ਸੰਬੰਧ ਨੀਚ ਸ਼ਬਦ ਨਹੀਂ ਜੋੜਿਆ ਇੱਥੇ, ਕਿਉਂਕਿ ਜ਼ਿਕਰ ਨੀਚ ਦਾ। ਇਸ ਲਈ ਆਖ ਦਿੱਤਾ ਨਾਨਕ ਨੀਚ ਕਹੇ ਵਿਚਾਰ, ਇਸ ਵਿੱਚ ਨੀਚਾਂ ਦੀ ਵਿਚਾਰ। ਉਹ ਗੱਲ ਇੱਕ ਵੱਖਰੀ ਹੈ ਕਿ ਗੁਰੂ ਨਾਨਕ ਜਦੋਂ ਕਿਸੇ ਦੀ ਗੱਲ ਕਰਦਾ ਹੈ ਆਪਣੇ ਆਪ ਨੂੰ ਕਿਸੇ ਹਉਮੈ ਹੰਕਾਰ ਦੀ ਦੂਰੀ ਤੋਂ ਰੱਖ ਕੇ ਉਹਦੇ ਵਿੱਚ ਆਪ ਸ਼ਾਮਿਲ ਹੁੰਦਾ, ਆਪੇ ਨੂੰ ਸ਼ਾਮਿਲ ਕਰਦਾ। ਗੁਰੂ ਨਾਨਕ ਆਪੇ ਨੂੰ ਸ਼ਾਮਿਲ ਕਰਦਾ। ਅਸੀਂ ਕਈ ਵਾਰ ਉਹਦੀ ਕਹਾਣੀ ਕੱਢ ਲੈਂਦੇ। ਗੁਰੂ ਨਾਨਕ ਪਾਤਸ਼ਾਹ ਜੀ ਦਾ ਇੱਕ ਸ਼ਬਦ ਹੈ ਜਿਹਦੇ ਨਾਲ ਇੱਕ ਬੜੀ ਵੱਡੀ ਕਹਾਣੀ ਕੱਢ ਲਈ ਗਈ। ਇੱਕ ਸਵਰਨ ਦੋਇ ਸਵਰਨੀ ਨਾਲ, ਇੱਕ ਸਵਰਨ ਦੋਇ ਸਵਰਨੀ ਨਾਲ, ਭਲਕੇ ਭੌਂਕੇ ਸਦਾ ਬਿਆ, ਕੂੜ ਛੁਰਾ ਮੁੱਠਾ ਮਰਦਾ, ਧਾਨਕ ਰੂਪ ਰਹਾ ਕਰਤਾ। ਅਸੀਂ ਇੱਕ ਕਹਾਣੀ ਕੱਢ ਲਈ ਕਈ ਵਾਰ ਕਰਨਾ, ਸਾਖੀ ਅਤੇ ਸਿੱਖਿਆ ਨੂੰ ਵੱਖ ਕਰਕੇ ਦੇਖਣਾ ਪਏਗਾ। ਅਸੀਂ ਸਾਖੀ ਸਿੱਖਿਆ 'ਤੇ ਆਧਾਰਿਤ ਨਹੀਂ ਕੀਤੀ, ਮਨ ਦੇ ਕਿਆਫਨ 'ਤੇ ਕਰ ਦਿੱਤੇ। ਅਸੀਂ ਇੱਕ ਕਹਾਣੀ ਕੱਢ ਦਿੱਤੀ ਕਿ ਗੁਰੂ ਨਾਨਕ ਨੇ ਧਾਨਕ ਰੂਪ ਬਣਾਇਆ, ਧਾਨਕ ਰੂਪ ਬਣਾਇਆ, ਕੁੱਤੇ ਕੁੱਤੀਆਂ ਪਿੱਛੇ ਲਾ ਲਏ, ਹੱਥ ਵਿੱਚ ਛੁਰਾ ਫੜ ਲਿਆ, ਗਲ ਵਿੱਚ ਹੱਡੀਆਂ ਦੀ ਮਾਲਾ ਪਾ ਲਈ, ਬੜਾ ਭਿਆਨਕ ਰੂਪ ਬਣਾ ਲਿਆ, ਕਿਉਂਕਿ ਆਹ ਸ਼ਬਦ ਦਾ ਜ਼ਿਕਰ ਹੈ ਜੀ। ਹਾਂ, ਇਹ ਗੱਲ ਵੱਖਰੀ ਹੈ। ਗੁਰੂ ਜਦੋਂ ਕਿਸੇ ਦੀ ਗੱਲ ਕਰਦਾ ਨਾ, ਉਦੋਂ ਸੋਚਦਾ ਕਿਤੇ ਇਹ ਨਾ ਹੋਵੇ ਕੋਈ ਆਖੇ ਖੋਰੇ ਮੈਂ ਕਿਸੇ ਨੂੰ ਮਾੜਾ ਆਖ ਰਿਹਾ, ਹੇ ਸਤਿਗੁਰੂ, ਹੋਏ ਮੇਰੇ ਅਕਾਲ ਪੁਰਖ, ਮੈਂ ਵੀ ਇਸੇ ਹੀ ਸੰਸਾਰ ਦਾ ਹਿੱਸਾ ਹਾਂ। ਉਹਦੀ ਨਿਮਰਤਾ ਦਾ, ਸੰਸਾਰ ਨੂੰ ਨਿਮਰਤਾ ਵੰਡਣ ਦਾ, ਗਰੀਬੀ ਵੰਡਣ ਦਾ ਤਰੀਕਾ, ਕਿਉਂਕਿ ਰੱਬ ਕੋਲੋਂ ਲੈ ਕੇ ਆਇਆ ਹੈ ਨਾ। ਨੌਨੇ ਦੇ ਨਾਮ ਗਰੀਬੀ ਪਾਈ। ਇਸ ਲਈ ਨੀਚ ਸ਼ਬਦ ਨੂੰ ਦੋਵਾਂ ਪਾਸੇ ਜੋੜਿਆ ਜਾ ਸਕਦਾ ਹੈ, ਲੇਕਿਨ ਇੱਕ ਖਿਆਲ ਕਰਿਓ, ਮਸਲਾ ਇੱਥੇ ਨੀਚਾਂ ਦੀ ਵਿਚਾਰ ਦਾ ਹੈ। ਇਸ ਲਈ ਆਖ ਦਿੱਤਾ ਕੂੜ ਛੁਰਾ ਮੁੱਠਾ ਮੁਰਦਾਰ, ਧਾਨਕ ਰੂਪ ਰਹਾ ਕਰਤਾਰ, ਮੈਂ ਪਤ ਕੀ ਪੰਦ ਨਾ ਕਰਨੀ ਕੀ ਕਾਰ, ਹਾਂ ਵਿਗੜਾ ਰੂਪ, ਹਾਂ ਲਫ਼ਜ਼ ਵਰਤਿਆ ਹੈ ਨਿਮਰਤਾ ਵਜੋਂ। ਹਮ ਅਵਗੁਣ ਭਰੇ ਏਕ ਗੁਣ ਨਾਹੀਂ, ਗੁਰੂ ਰਾਮਦਾਸ ਸਾਹਿਬ ਫਰਕ ਲੈ। ਇਹਦਾ ਮਤਲਬ ਅਸੀਂ ਆਖੀਏ ਗੁਰੂ ਰਾਮਦਾਸ ਸਿਰੇ ਨਿਰੇ ਅਵਗੁਣਾਂ ਦੇ ਭਰੇ ਹੋਏ ਸਨ, ਇੱਕ ਨਿਮਰਤਾ ਗਰੀਬੀ ਦਾ ਚੇਤ। ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ, ਗਰੀਬੀ ਦਾ ਪ੍ਰਤੀਕ, ਨਿਮਰਤਾ ਦਾ ਪ੍ਰਤੀਕ, ਧਰਮ ਦਾ ਪ੍ਰਤੀਕ। ਇੱਥੇ ਵੀ ਭਾਵ ਇਹੋ ਹੀ ਹੈ, ਵਿਚਾਰ ਨੀਚਾਂ ਦੀ ਹੋ ਰਹੀ ਹੈ ਅਤੇ ਆਖ ਰਹੇ ਨੇ ਨਾਨਕ
नीच कहे विचार नानक नीच कहे विचार हुण उत्तम ते नीच नूं वंडिया दो हिस्सों विच संसार बिरख को दोए फल लाए विच बेसक रूप वंडे है जो मैं कल की किसी अगे सब रूप कई ने अवगुण ने अवगुण कई ने कंडे ने कंडे कई तरह के ने फुल ने फुलां दी किस्मां बड़ियां ने लेकिन फुल ते कंडे बेसक रूप ने कंडियां दी शक्ल वक्ख वक्ख हो सकती है पर कंडा ही है फुलां दी खुशबू ते किस्म रंग ਵੱਖ ਵੱਖ ਆਕਾਰ ਹੋ ਸਕਦੇ ਨੇ ਲੇਕਿਨ ਫੁੱਲ ਤੇ ਫੁੱਲ ਹੀ ਨੇ ਕਿਸਮਾਂ ਦੋ ਹੀ ਨੇ ਬੇਸਕ ਰੂਪ ਦੋ ਹੀ ਨੇ ਕੰਡੇ ਤੇ ਫੁੱਲ ਗੁਣ ਤੇ ਅਵਗੁਣ ਬਿਖ ਤੇ ਅੰਮ੍ਰਿਤ ਹੁਣ ਬੇਸਕ ਰੂਪ ਨੂੰ ਇੱਥੇ ਲੈਣਾ ਹੈ ਬੇਸਕ ਰੂਪ ਵਿੱਚ ਕੀ ਹੈ ਨੀਚ ਦੀ ਗਿਣਤੀ ਕਰਨ ਲੱਗੇ ਹਾਂ ਕਹਿਣ ਲੱਗੇ ਦੋ ਤਰ੍ਹਾਂ ਦੇ ਲੋਕ ਨੇ ਇੱਕ ਉਹ ਨੇ ਜਿਨ੍ਹਾਂ ਨੂੰ ਧਰਮ ਦਾ ਰੱਬ ਦਾ ਰੰਗ ਚੜ੍ਹਦਾ ਰੱਬ ਦੇ ਰੰਗ ਵਿੱਚ ਰੰਗੇ ਹੋਏ ਨੇ ਇੱਕ ਉਹ ਨੇ ਜਿਨ੍ਹਾਂ ਨੂੰ ਲੱਭ ਦਾ ਰੰਗ ਚੜ੍ਹਦਾ ਉਹ ਲੱਭ ਦੇ ਰੰਗ ਵਿੱਚ ਰੰਗੇ ਹੋਏ ਨੇ ਜਿਹੜੇ ਲੱਭ ਦੇ ਰੰਗ ਵਿੱਚ ਰੰਗੇ ਹੋਏ ਨੇ ਉਹਨਾਂ ਨੂੰ ਮਾਇਆ ਦੇ ਪਦਾਰਥਾਂ ਨਾਲ ਸੰਨੇ ਧਨ ਵੱਲ ਰੁਚੀ ਰੱਖਦੇ ਨੇ ਤੇ ਜਿਹੜੇ ਰੱਬ ਦੇ ਰੰਗ ਵਿੱਚ ਰੰਗੇ ਹੋਏ ਨੇ ਉਹ ਰੱਬ ਵੱਲ ਜੁੜੇ ਰਹਿੰਦੇ ਨੇ ਤੇ ਬੇਸ਼ੱਕ ਕਿਸੇ ਵੀ ਰੂਪ ਵਿੱਚ ਹੋਣ ਉਹ ਰੱਬ ਦੇ ਮਿਲਾਪ ਦੀ ਪਿਆਰ ਦੀ ਰੁਚੀ ਰੱਖਦੇ ਨੇ ਜਿਵੇਂ ਰੱਬ ਦੇ ਪਿਆਰ ਦੀ ਰੁਚੀ ਵਾਲੇ ਬਹੁ ਗਿਣਤੀ ਵੱਖ ਵੱਖ ਤਰੀਕੇ ਨਾਲ ਰੱਬ ਦੇ ਨੇੜੇ ਹੋਣਾ ਚਾਹੁੰਦੇ ਨੇ ਇਸੇ ਲਈ ਗਿਣਤੀ ਬਹੁਤੀ ਕੀਤੀ ਨੇ ਅਸੰਖ ਜਪ ਅਸੰਖ ਪਾਓ ਅਸੰਖ ਪੂਜਾ ਅਸੰਖ ਤਪਤਾ ਲੇਕਿਨ ਸਾਰੇ ਰੱਬ ਦੇ ਰੰਗ ਵਿੱਚ ਨੇ ਇਸੇ ਤਰ੍ਹਾਂ ਲੱਭ ਦੇ ਰੰਗ ਵਿੱਚ ਨੇ ਇਹਦੇ ਵੀ ਰੰਗ ਬਹੁਤੇ ਨੇ ਆਪਾਂ ਕਈ ਵਾਰ ਸ਼ਬਦ ਪੜ੍ਹਨੇ ਆ ਇਹ ਧਨ ਮਾਇਆ ਪਾਇਆ ਪਿਆਰੇ ਲੀਤੜਾ ਲੱਭ ਰੰਗਾਏ ਇਹ ਧਨ ਮਾਇਆ ਪਾਇਆ ਪਿਆਰੇ ਲੀਤੜਾ ਲੱਭ ਰੰਗਾਏ ਮੇਰੇ ਕੰਤ ਨ ਭਾਵੇ ਚੋਲੜਾ ਪਿਆਰੇ ਮੇਰੇ ਕੰਤ ਨਾ ਭਾਵੇ ਜਿਹੜਾ ਨਹੀਂ ਪਾਉਂਦਾ ਉਹ ਭਲਾ ਕਿਵੇਂ ਹੋਇਆ ਕਿਉਂਕਿ ਉੱਥੇ ਗੱਲ ਫਿਰ ਨਾਲ ਜੋੜਨੀ ਹੈ ਜੋ ਤੁਦ ਭਾਵੇ ਸਾਈ ਭਲੀ ਕਾਰ ਰੱਬ ਦੇ ਰੰਗ ਵਿੱਚ ਰੁਚੀ ਰੱਖਣ ਵਾਲੇ ਪਾਉਂਦੇ ਨੇ ਤੇ ਜਦੋਂ ਲੱਭ ਦੀ ਗੱਲ ਆਉਂਦੀ ਉੱਥੇ ਕਹਿੰਦੇ ਨੇ ਨਹੀਂ ਪਾਉਂਦੇ ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ ਕਿਉਂ ਧਨ ਸੇਜੇ ਜਾ ਕਾਇਆ ਰੰਗਨ ਜੇਥੀਏ ਪਿਆਰੇ ਪਾਈਏ ਨਾਉ ਮਜੀਠ ਪਾਈਏ ਨਾਉ ਮਜੀਠ ਰੰਗਨ ਵਾਲਾ ਜੇ ਰੰਗੇ ਸਾਹਿਬ ਰੰਗ ਦੋ ਹੋ ਗਏ ਨਾ ਜਿਵੇਂ ਉਸ ਰੰਗ ਦੀਆਂ ਕਈ ਕਿਸਮਾਂ ਨੇ ਇਸੇ ਤਰ੍ਹਾਂ ਮਾਇਆ ਰੰਗ ਦੀਆਂ ਵੀ ਕਈ ਕਿਸਮਾਂ ਨੇ ਗੁਰੂ ਨੇ ਆਖ ਦਿੱਤਾ ਕਹਿਣ ਲੱਗੇ ਬੋ ਰੰਗ ਮਾਇਆ ਬਹੁ ਰੰਗ ਮਾਇਆ ਬਹੁ ਵਿਦ ਪੇਖੀ
रंग मा मो बिद पेखी कलम कागद सियान पलेखी महर मलूक होए देखे अखान मो रंग माया रंग बड़े लेकिन रंग बहुते होने के बावजूद बेसक तो माया ही है ना बेस तो माया ही है हुण इसे लिए एक ख्याल दे दिता आरंभ विच जेड़ा लफज वरते है ना जदों उस धन की रुचि रखण वाले लोकां दी गिनती जदों धन की रुचि दे रखण वाले धर्म तो दूर होंदे ने उदों उन्हां दी अवस्था उन्हां दी रुचि उन्हां दी जीवन कहानी की बन जांदी है उन्हां दा जिक्र कीता ते मूर्ख शब्द जेड़ा आरंभ कीता ने ते मूर्ख दी परिभाषा एक लफज विच गुरु ने एथे ही कीती है काचा धन संचय असंख मूर्ख अंध घोर काचा धन संचय मूर्ख गावार जेड़ा मूर्ख है ना उनकी परिभाषा श्री गुरु ग्रंथ साहब को समझ गए क्योंकि धन की रुचि वाले जेड़े धर्म कमाने वाले ने उन्हां दी गिनती सवेरे हो गई जेड़े धन कमाने वाले ने उन्हां दी वख वख अवस्था की ने ते कित्थों चलदे ने धन कमाण लई उनका मुढ़ला आरंभ है पहला नाम है मूर्ख ते जदों मनुख कोल धन की रुचि हो जाए धन होना होर गल है धन की रुचि होनी होर गल है मैं कर्ज कर दिया मनुख का धनी होना होर गल है ते धन का अंदर इफेक्टिव हो जाना धन के प्रभाव थले आ जाना धन के रंग में रंगिया जाना एक वक्री गल है गुरु ने मनुख को धन छुड़ाया नहीं बल्कि धन की रुचि तो वख किया मैं एक वर्स की सी सिख दो लफजा के दरम्यान दरिया के वहन वांगू खलोता है दो किनारिया के दरम्यान मैं अर्ज की सी दो लफज की ने मालिक रहमत ते रजा जे कुछ मिल जाता है अमीर हो जाता है दौलतवंद हो जाता है दौलत आ जाती है धन आ जाता है तो आखता जी तेरी रहमत वो फिर धन इफेक्टिव नहीं वो धन हंकारी नहीं बनाता क्योंकि वह प्रभु को मिलया हुआ समझदा है ना वो ये नहीं समझदा इन दे लई मैं कोई चोरी करा इन दे लई मैं कोई ठगी करा मैं इन दे लई किसी दा गल वड़ना वो उस तरह नहीं कमाया हुंदा वो कहिंदा मेरे मालिक ने रहमत ते उनका मोह भी नहीं हुंदा प्रभाव भी डर सिर सिर ते उस रंग का प्रभाव भी नहीं हुंदा एहो कारण जे चला जाए तो आखदा तेरी रजा रहमत रजा जे तू दिता सी तो तेरी मर्जी जे सुख दे ता तुझे आराधी दुख भी तुझे दे आई जे भुख दे ता इत ही राजा दुख विच सुख मनाई संपै देख ना हरखिए सिख दी निशानी ये नहीं भी संपै होवे ना सिर्फ उन्हूं देख के हंकारी ना हो संपै देख ना हरखिए विपत देख ना रोए पर मनुख की हालत की है जब कछ पावे तब गर्व करता है माटी को पुतरा कैसे नचत है देखे देखे सुने बोले दोहरे फिरत है
जब कछ पावे तब गर्व करता है, माया गई तब रोवन लगता है। गुरु कहते ने यह है प्रभाव, पर इस प्रभाव तुम बाहर कढ़ना है। माया के प्रभाव थले आए हुए मनुख को दो चीजा आ जांदियां ने, कमाई दे वक्त मूर्ख दी निशानी जड़ी है ना, काचा धन संचे मूर्ख गवार, उत्थे नाल ए आख दिता भावे जिन्ना मर्जी पढ़िया लिखिया विद्वान होवे, जे ओ मूर्ख है तो उनकी निशानी की है। पढ़िया मूर्ख आखी है, लो इथे हम दो ही गल्लां दा ज़िक्र कीता है, पढ़िया मूर्ख आखी है जिस लब लोभ अहंकार, मूर्ख है काचा धन संचय, काचा धन संचय मूर्ख गावार, जिस लब लोभ अहंकार, उन्दे अंदर लब इन्ना प्रभाव छड़दा है, इन्ना लोभ आ जांदा है कि वो हर ढंग नाल हर तरीके नाल हर विधि नाल धन चाहता है, उन्दे लई उन्हूं कुछ भी करना पै, वो केवल धन ते धन चाहता है। सतगुरु ने श्लोक संस्कृति विच जदों लोभ की गल की ना उदो यो आख्या, कह लगे हे लोभा लंपट संग सिर मरे, अनक लहरी कलोलते धावंत जिया बहु प्रकारन, अनक भांत बहु डोलते, अगे जाके कहन लगे नच मित्रंग नच इष्टंग नच बांधव नच मात पिता तब लज्जिया, लोभ की निशानी और कुछ सुझदा ही नहीं। उनके सामने मित्र मित्र तो ही जिन्नी होंगी है उदो लोभ विच आके, जिन्हों केवल धन दिसदा होवे मित्र ना दिसदा होवे, जिन्ने धोखे होंगे ने मित्र द्रोही होंगी बेवफाई होंगी सारी लोभी पुरुष करता। गुरु ने इसे नहीं आख दिता लोभी का विसाओ ना खींचे, उन्होंने मित्र कदी ना समझी, लोभी मनुख किसी का मित्र हो ही नहीं सकता, लोभी का विसाओ ना खींचे। नच मित्र उनके वास्ते मित्र मित्रता कुछ भी नहीं, नच इष्टन ईवन वह तो गुरु नाल भी धोखा कर जाता है, जे उनका वस चलने रात के अंधेरे विच गोलकां ही चुक के ले जाता है। नच इष्टन नच बांधव इतने बस नहीं, कह लगे नच मात पिता तब लज्जिया, उन्हों तो मां बाप की शर्म लज भी खत्म हो जाती है, अपनी जायदाद पिछे भरावां नूं कतल कर रहा है माता पिता नूं कतल कर रहा है। साड़ी हिस्टरी आख रही है कि सारी जिंदगी गुरु गोबिंद सिंह साहब के दरबार विच पलन वाला गंगू ब्राह्मण जेड़ा न्यासरा होके आया सी, जेड़ा अनाथ होके यतीम होके आया सी, ते सारी जिंदगी गुरु गोबिंद सिंह दे दरबार दे झूठे भांडिया विच्चों पलन वाला वो गंगू ब्राह्मण केवल धन की खातर नच इष्टंग हो गया। गुरु तो बेमुख उन्हू मां गुजरी दा बुढ़ेपे का प्यार ना दिसिया, उन्होंने नन्ने मुन्ने साहबजादे ना दिसे जिन्हों के मूँह विच कदी हो सकता है ग्राहियां तोड़ तोड़ इसने पाइया होन घर का रसोईया होने के नाते, सब कुछ भुल गया तो क्यों भुलिया, लोभ आ गया धन देख लिया। नच मित्रंग नच इष्टंग नच बांधव नच मात पिता तब लज्जिया, लोभ की हालत यह है। तो गुरु ने यह गल बाणी भी आख दी, कह लगे पढ़िया मूर्ख आखी जिस लब लोभ अहंकार,
ਉਹਦੇ ਵਿੱਚੋਂ ਦੋ ਚੀਜ਼ਾਂ ਜਨਮ ਲੈਂਦੀਆਂ ਨੇ, ਲੱਭ ਕਿ ਕਿਸੇ ਢੰਗ ਨਾਲ ਵੀ ਦੌਲਤ ਆਵੇ ਤੇ ਜਦੋਂ ਆ ਜਾਏ ਹੰਕਾਰ। ਲੱਭ ਤੇ ਹੰਕਾਰ ਦੋ ਚੀਜ਼ਾਂ ਖਲੋਤੀਆਂ ਨੇ, ਜਦੋਂ ਆ ਜਾਂਦੀ ਹੈ ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਜਿਸ ਕੈ ਅੰਤਰ ਧਨ ਭੂਮ ਕਾ ਜੋ ਕਰੇ ਗੁਮਾਨ ਸੋ ਮੂਰਖ ਅਸੰਖ ਮੂਰਖ। ਹੁਣ ਤੱਕਿਓ ਕਿਉਂਕਿ ਕਿਸਮਤ ਤੇ ਅੱਗੇ ਵੱਖ ਵੱਖ ਨੇ ਨਾ, ਪਰ ਬੇਸ ਕੀ ਧਨ ਭੂਮ ਕਾ ਜੋ ਕਰੇ ਗੁਮਾਨ ਸੋ ਮੂਰਖ ਅਸੰਖ ਮੂਰਖ ਅੰਧ ਕੋਰ ਸੋ ਮੂਰਖ ਅੰਧਾ ਅਗਿਆਨ। ਫਿਰ ਕਹਿਣ ਲੱਗੇ ਇੱਥੇ ਬਸ ਨਹੀਂ, ਕਹਿੰਦੇ ਨੇ ਕਈ ਵਾਰ ਮੂਰਖ ਨੂੰ ਸਮਝਾਇਆ ਸਮਝ ਜਾਂਦਾ, ਮੂਰਖ ਨੂੰ ਸਮਝਾਉਣ ਦੀ ਲੋੜ ਹੁੰਦੀ, ਪਰ ਇੱਕ ਅੰਧ ਘੋਰ ਮੂਰਖ ਹੁੰਦਾ ਜਿਹੜਾ ਸਮਝਾਇਆ ਵੀ ਨਹੀਂ ਸਮਝਦਾ, ਜਿਹਨੂੰ ਸਮਝਾਓ ਉਲਟਾ ਸਿੰਘ ਫਸਾਉਂਦਾ, ਅੱਗੋਂ ਜਿਹੜਾ ਕਰਦਾ ਗੁਰੂ ਦੀ ਗੱਲ ਵੀ ਨਹੀਂ ਮੰਨਦਾ। ਗੁਰੂ ਨੇ ਬਾਣੀ ਵੀ ਚੱਕਿਆ, ਕਹਿਣ ਲੱਗੇ ਮੂਰਖ ਦੀ ਨਿਸ਼ਾਨੀ ਕੀ ਹੈ, ਬੋਲਾ ਜੇ ਸਮਝਾਈ ਹੈ, ਮੂਰਖ ਦੀ ਪਰਿਭਾਸ਼ਾ ਕਰ ਰਹੇ ਨੇ, ਬੋਲਾ ਜੇ ਸਮਝਾਈਐ ਪੜ੍ਹੀਐ ਸਿਮਰਤ ਪਾਠ। ਹੋਵੇ ਕੋਈ ਬੋਲਾ ਉਹਨੂੰ ਕੋਈ ਸਿਮਰਤੀਆਂ ਦੇ ਸ਼ਾਸਤਰਾਂ ਦੇ ਵੇਦ ਗ੍ਰੰਥਾਂ ਦੇ ਪਾਠ ਪੜ੍ਹ ਪੜ੍ਹ ਸਮਝਾ ਸਮਝਾ ਤੇ ਬਦਲਣਾ ਚਾਹੇ ਵਿਅਰਥ, ਬੋਲੇ ਨੇ ਕੀ ਸੁਣਨਾ। ਬੋਲਾ ਜੇ ਸਮਝਾਈਐ ਪੜ੍ਹੀਐ ਸਿਮਰਤ ਪਾਠ, ਅੰਧਾ ਚਾਨਣ ਰੱਖੀਐ ਦੀਵੇ ਬਲੇ ਪਚਾਸ, ਚੋਣੇ ਸੋਨਾ ਪਾਈਐ ਚੁਣ ਚੁਣ ਖਾਵੇ ਘਾਸ, ਲੋਹਾ ਮਾਰਨ ਪਾਈਐ ਟਹਿ ਨਾ ਹੋਏ ਕਪਾਸ, ਨਾਨਕ ਮੂਰਖ ਇਹ ਗੁਣ। ਮੂਰਖੀ ਜਿਹੜਾ ਗੁਰੂ ਦੇ ਸਮਝਾਇਆ ਵੀ ਨਾ ਸਮਝੇ, ਜਿਹੜਾ ਗੁਰੂ ਕੋਲ ਆਵੇ ਕੇ ਵੀ ਗੁਰੂ ਦੀ ਗੱਲ ਨਾ ਸੁਣੇ ਆਪਣੇ ਅਹੰਕਾਰ ਦੀ ਗੱਲ ਚਲਾਉਣਾ ਚਾਹੇ, ਸਮਝ ਲਓ ਉਹ ਅਸੰਖ ਮੂਰਖ ਅੰਧ ਘੋਰ ਦੀ ਗਿਣਤੀ ਵਿੱਚ ਖਲੋਤਾ ਹੈ। ਫੈਸਲਾ ਬਣ ਗਿਆ, ਕਹਿਣ ਲੱਗੇ ਨਾਨਕ ਮੂਰਖ ਇਹ ਗੁਣ। ਤੇ ਗੁਰੂ ਕਹਿੰਦੇ ਨੇ ਭਲਿਆ ਜਿਹੜਾ ਗੁਰੂ ਦੀ ਗੱਲ ਵੀ ਨਾ ਸੁਣੇ ਉਹਦੇ ਕੋਲ ਨਾ ਬੈਠੀ। ਆਹ ਵੀ ਇੱਕ ਉਪਦੇਸ਼ ਸਮਝਣ ਵਾਲਾ, ਉੱਤਮ ਸੇਦਾਰ ਉੱਤਮ ਕਹੀਏ ਨੀਚ ਕਰਮ ਬਹਿ ਰੋਏ, ਉੱਤਮ ਤੇ ਨੀਚ ਹਨ। ਆਉਣ ਵਾਲੀਆਂ ਪੌੜੀਆਂ ਵਿੱਚ ਆਪਾਂ ਗੁਰੂ ਕੋਲੋਂ ਫੈਸਲਾ ਲਵਾਂਗੇ। ਖਿਆਲ ਕਰੇ ਹੋ ਜਿਹੜਾ ਗੁਰੂ ਦੀ ਗੱਲ ਵੀ ਨਾ ਸੁਣਦਾ ਹੋਵੇ ਨਾ, ਗੁਰੂ ਦੇ ਸਾਹਮਣੇ ਵੀ ਆਪਣੀ ਮੱਤ ਚਲਾਉਂਦਾ ਹੋਵੇ ਉਹਦੇ ਕੋਲ ਨਹੀਂ ਬਹਿਣਾ। ਬਿਨ ਸਤਿਗੁਰ ਕੇ ਹੁਕਮੇ ਜੋ ਗੁਰਸਿੱਖਾਂ ਪਾਸੋਂ ਕੰਮ ਕਰਾਇਆ ਲੋੜੇ, ਤਿਸ ਗੁਰਸਿੱਖ ਫਿਰ ਨੇੜ ਨਾ ਆਵੇ ਉਹਦੇ ਨੇੜੇ ਨਾ ਬੈਠੇ, ਉਹ ਮੂਰਖ। ਬਲਕਿ ਗੁਰੂ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਜਿਹੜਾ ਉਹਦੇ ਕੋਲ ਬਹਿੰਦਾ ਮੈਂ ਸਮਝ ਲਵਾਂਗਾ ਉਹ ਵੀ ਮੂਰਖ ਹੈ। ਮੂਰਖ ਦੀ ਗੱਲ ਕੋਈ ਮੂਰਖ ਹੀ ਸੁਣੇਗਾ। ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਮੂਰਖ ਹੋਵੇ ਮੂਰਖ ਹੋਵੇ ਸੋ ਸੁਣੇ ਮੂਰਖ ਕਾ ਕਹਿਣਾ, ਅਸੰਖ ਮੂਰਖ ਅੰਧ ਘੋਰ। ਮੂਰਖ ਹੋਵੇ ਸੋ ਸੁਣੇ ਮੂਰਖ
का कहना मूर्ख के क्या लक्षण है, निशानी की है मूर्ख दी, मूर्ख के क्या लक्षण है, क्या मूर्ख का करना, मूर्ख सो जो मुग्ध है अहंकार मरना, जो अहंकार नाल भरिया पिया, हंकार भी किसी होर चीज का नहीं, हंकार भी अपनी दौलत का, अपनी धन का, अपनी मान वड्याई का, क्योंकि पहला धन कमाण लगिया दुख दिंदा है संसार नूं, संचय द्रव दे दुख लोग, जिंदी रुचि केवल धन वाल है ना, ये नहीं कि धन कमाना गलत है, गुरु एक पासे आख रहा है उद्दम करेंदियां जीव तू कमावंदियां सुख पुंज, पर जे तू सारियां चीजां नू संसार दे सारे इखलाक नू गुरु इष्ट संसार दी निम्रता चंगियाई गुणा नू वेच के किते धन कमाना चाहे, फिर मैं आखांगा तेरे वर्गा मूर्ख कोई नहीं, जिन्नी बेवफाई हुंदी है कौमां दे आगुआं वल्लों, कौमां नाल जिहड़े धर्म वेच जांदे ने, कौम वेच जांदे ने, कौम दा भविख वेच जांदे ने, केवल ते केवल दौलत ते करप्शन नाल माया इकट्ठी करन लई, ऐसे मनुख गुरु नीचां दी गिनती विच रखदे ने ते कहिंदे ने इन्हां दी संगत ना करो, फैसला बण गया। गुरु कहिंदे ने पहला तां जदों धन ऐसा मनुख जिहड़ा धन दी रुचि वाला है, काचा धन संचय मूर्ख है जिहड़ा गवार है, उन्हूं धन कमाण लगियां कोई नियम नहीं हुंदा, वह कहिंदा जिथों भी आउंदा है जिस ढंग नाल भी आउंदा है आउणा चाहीदा, वह किरत नहीं करना चाहता, काला हुंदा है धन लई। मैं एक बार उस कीती सी, जिन्नी अकिरत है ना वह सारी गुनाह का केंद्र है, इत्थे भी उसे दा जिक्र है, कहन लगे असंख मूरख अंध घोर, काचा धन संचन वाले ते एने काले ने काचा धन संचन विच विछेती अमीर हो जाए, जिनी करप्शन है, जिनी चोरी है, जिनी ठगी है, जिन्ने डाके ने, ये सारे ये नहीं धन लई ने, काले धन लई ने छेती आए, किरत करके भी आना ही, पर स्लो आना है, किरत करके आना है पर एडी तेजी नाल नहीं। मनुख चाहता मैं रातों रात अमीर हो जावा, क्योंकि वह हराम खोर है, लफज अगले पासे चोर दे नाल हराम खोर रखा है, ते हराम खोर की हुंदा जिहड़ा हलाल की कमाई ना खावे, हलाल की कमाई ते भरोसा ना रखता होवे, किरत ते विश्वास ना रखता होवे। गुरु कहिंदे ने फिर वह की बनता है, वह हराम खोर जिहड़ा है वह चोर बनता है, रातों रात किसी का घर भन लवा, ताला तोड़ लवा, किसी की कमाई हुई दौलत लखां की तादाद विच मेरे घर रातों रात आ जाए, कौन उड़ीकता फिरेगा, किरत करता रहा, हौली हौली जोड़ता रहा, कदी जाके अमीर होवांगा, देर लगेगी। धन की रुचि इन्नी प्रबल हो जाती है, इन्ना मजबूर कर दिंदी है, इन्नी छा जाती है मन ते, एक मनुख चाहता है रातों रात धनी हो, धनी होना गुना नहीं, लेकिन रातों रात धनी होने का ख्याल जिहड़ा है ये गुना है, उहदे च किरत खत्म हो जाती है, चोर पैदा करते हैं, हरामखोर पैदा करते हैं। तो जदों ऐसा धन जिहड़ा रातों रात आया हो, निम्रता नहीं आएगी, उन्दे विच हंकार आएगा, क्योंकि दोनों चीजां नूं मेल रहे ने। जिहड़ा धन रातों रात आएगा, जिहड़ा मनुख रातों रात धनी होगा, उदो साहे क्या निशानी, तोट ना होवे अन्ने, जेड़ा रातों रात उदो साहे होया है ना, शाह उदे होया है, रातों रात अमीर होया है,
ਦੌਲਤਮੰਦ ਹੋਇਆ ਉਹਦੇ ਘਰ ਵਿੱਚ ਦੌਲਤ ਦਾ ਦਿਖਾਵਾ ਜ਼ਿਆਦਾ ਹੁੰਦਾ ਹੈ, ਦਿਖਾਵਾ ਜ਼ਿਆਦਾ ਹੁੰਦਾ ਹੈ। ਅੱਗੇ ਜਾ ਕੇ ਕਹਿੰਦੇ ਨੇ ਜੋ ਲੇਵੇ ਸੋ ਦੇਵੇ ਨਹੀਂ, ਉਹਦੇ 'ਤੇ ਭਰੋਸਾ ਨਾ ਕਰਿਓ ਕਿ ਇਹ ਹੁਣ ਅਮੀਰ ਹੈ ਇਹ ਕਿਸੇ ਦਾ ਹੱਕ ਨਹੀਂ ਮਾਰੇਗਾ, ਨਹੀਂ ਉਹਨੂੰ ਤਾਂ ਹੱਕ ਮਾਰ ਮਾਰ ਕੇ ਤਾਂ ਅਮੀਰ ਹੋਇਆ, ਤੇਰਾ ਲਿਹਾਜ਼ ਕਿਵੇਂ ਕਰੇਗਾ। ਕਹਿਣ ਲੱਗੇ ਜੋ ਲੇਵੇ ਸੋ ਦੇਵੇ ਨਹੀਂ, ਖੱਟੇ ਦਮ ਸਹੰਮੀ, ਉਹਦੇ ਚਾਹੁੰਦਾ ਮੈਂ ਦਮੜੇ ਰਾਤੋਂ ਰਾਤ ਹਜ਼ਾਰਾਂ ਦੀ ਤਾਦਾਦ ਵਿੱਚ ਇਕੱਠੇ ਕਰ ਲਵਾਂ, ਜੇ ਪਹਿਲਾਂ ਕਿਸੇ ਦਾ ਹੱਕ ਮਾਰਿਆ ਤਾਂ ਹੀ ਅਮੀਰ ਹੋਇਆ, ਜੇ ਅੱਜ ਉਹ ਤਰੀਕਾ ਛੱਡ ਦਿਆਂ ਕੱਲ੍ਹ ਗਰੀਬ ਹੋ ਜਾਵਾਂਗਾ। ਇਸ ਲਈ ਕਿਸੇ ਐਸੇ ਅਮੀਰ ਨੂੰ ਜਿਹੜਾ ਕਰਪਸ਼ਨ ਨਾਲ ਬੁਰੀ ਕਮਾਈ ਨਾਲ ਅਮੀਰ ਹੋਇਆ ਹੋਵੇ ਉਹਦੇ 'ਤੇ ਵਿਸ਼ਵਾਸ ਨਾ ਕਰਿਓ ਕਿ ਹੁਣ ਅਮੀਰ ਹੋ ਗਿਆ ਇਸ ਲਈ ਨੇਕ ਹੋ ਗਿਆ ਹੋਵੇਗਾ। ਗੁਰਬਾਣੀ ਵਿੱਚ ਸੰਦੇਸ਼ ਦੇ ਰਹੇ ਗੁਰੂ ਕਹਿੰਦੇ ਨੇ ਐਸਾ ਮਨੁੱਖ ਹੰਕਾਰੀ ਹੁੰਦਾ ਹੈ, ਤੇ ਹੰਕਾਰੀ ਪੁਰਸ਼ ਦੀ ਕੀ ਨਿਸ਼ਾਨੀ ਹੈ? ਉਹ ਆਪਣਾ ਹੁਕਮ ਚਲਾਉਂਦਾ ਤੇ ਜ਼ੋਰ ਨਾਲ, ਦੌਲਤ ਦੇ ਜ਼ੋਰ ਨਾਲ ਹੁਕਮ ਚਲਾਉਂਦਾ ਹੈ। ਅਸੰਖ ਅਮਰ ਕਰ ਜਾਏ ਜ਼ੋਰ, ਜ਼ੋਰ ਨਾਲ ਅਮਰ ਕਰਦੇ ਨੇ, ਅਮਰ ਕਹਿੰਦੇ ਨੇ ਹੁਕਮ ਨਾਲ, ਜ਼ੋਰ ਨਾਲ ਆਪਣਾ ਹੁਕਮ ਚਲਾਉਂਦੇ। ਕਹਿੰਦੇ ਨੇ ਮੇਰੇ ਮੁਹੱਲੇ ਵਿੱਚ ਕੋਈ ਆਦਮੀ ਮੇਰੇ ਸਾਹਮਣੇ ਨਾ ਖੜਾ ਹੋਵੇ, ਈਵਨ ਉਹ ਗੁਰਦੁਆਰੇ ਆ ਕੇ ਵੀ ਆਪਣੇ ਜ਼ੋਰ ਨਾਲ ਹਕੂਮਤ ਕਰਦੇ ਨੇ। ਕਹਿੰਦੇ ਨੇ ਇੱਥੋਂ ਦਾ ਪ੍ਰਧਾਨ ਮੈਂ ਹੋਵਾਂ, ਮੇਰੇ ਵਰਗਾ ਕੋਈ ਅਮੀਰ ਹੋਰ ਹੈ ਮੇਰੇ ਮੁਹੱਲੇ ਵਿੱਚ? ਅੱਜ ਦੇ ਯੁੱਗ ਵਿੱਚ ਐਸਾ ਹੋ ਰਿਹਾ, ਸਭ ਕੁਝ ਦੌਲਤ ਦੇ ਸਹਾਰੇ ਹੋ ਰਿਹਾ, ਧਰਮ ਵੀ ਦੌਲਤ ਦੇ ਸਹਾਰੇ ਹੋ ਰਿਹਾ। ਗੁਰੂ ਕਹਿੰਦੇ ਨੇ ਅਸੰਖ ਅਮਰ ਕਰ, ਗੱਲ ਬੇਸ ਤਾਂ ਉਹੋ ਹੀ ਹੈ, ਧਨ ਕਾਚਾ ਧਨ ਸੰਚੈ ਮੂਰਖ ਗਵਾਰ, ਅਸੰਖ ਮੂਰਖ ਉਸੇ ਨੂੰ ਬੇਸ ਬਣਾ ਕੇ ਅੱਗੇ ਤੁਰ ਜਾਂਦੇ। ਅਸੰਖ ਅਮਰ ਕਰ ਜਾਏ ਜ਼ੋਰ, ਅਸੰਖਾ ਲੋਕ ਨੇ ਵੱਖਰੀ ਕਿਸਮ ਦੇ ਉਸੇ ਹੀ ਰੰਗ ਵਿੱਚ ਰੰਗੇ ਹੋਏ, ਧਨ ਦੇ ਕਾਚੇ ਧਨ ਦੇ ਰੰਗ ਵਿੱਚ ਰੰਗੇ ਹੋਏ, ਜਦੋਂ ਹੰਕਾਰ ਜਦੋਂ ਆ ਜਾਂਦਾ ਧਨ ਹੰਕਾਰੀ ਹੋ ਜਾਂਦੇ ਨੇ, ਫਿਰ ਉਸੇ ਨਾਲ ਆਪਣਾ ਹੁਕਮ ਚਲਾਉਣਾ ਚਾਹੁੰਦੇ। ਈਵਨ ਗੁਰਦੁਆਰਿਆਂ ਦੀ, ਗੁਰਮਤ ਦੀ, ਗੁਰੂ ਦੀ ਆਖੀ ਹੋਈ ਮਰਿਆਦਾ ਵੀ ਬਦਲਣਾ ਚਾਹੁੰਦੇ ਨੇ, ਕਹਿੰਦੇ ਨੇ ਸਾਡੀ ਚੱਲੇਗੀ। ਅਮਰ ਕਰ ਜਾਏ ਜ਼ੋਰ, ਤੇ ਦੌਲਤ ਲਈ ਇੰਨੀ ਭੁੱਖਾ ਸਵਾਰ ਹੋ ਜਾਂਦੀ ਹੈ ਕਿ ਆਪਣੀ ਦੌਲਤ ਲਈ ਕਿਸੇ ਦਾ ਗਲਾ ਵੱਢਣ ਤੋਂ ਵੀ ਸੰਕੋਚ ਨਹੀਂ ਕਰਦੇ। ਅੱਜ ਵੀ ਤੁਸੀਂ ਦੇਖਦੇ ਹੋ ਅਨੇਕਾਂ ਕਤਲ ਇਸ ਲਈ ਹੁੰਦੇ ਨੇ। ਪੁਰਾਣੀ ਹਿਸਟਰੀ ਵੀ ਕਦੀ ਆਖਦੇ ਹੁੰਦੇ ਸਾਂ ਕਿ ਬਾਲਮੀਕ ਜਦੋਂ ਬਟਵਾਰਾ ਸੀ ਉਹਨੇ ਕਿਸੇ ਦਾ ਗਲ ਵੱਢਿਆ, ਰਾਹ ਜਾਂਦੇ ਮੁਸਾਫਰ ਦਾ ਜੇਬ ਵਿੱਚੋਂ ਦੋ ਕੌਡੀਆਂ ਨਿਕਲੀਆਂ। ਪੁਰਾਣੀ ਹਿਸਟਰੀ ਆਪਾਂ ਪੜ੍ਹਨੇ ਆ ਕਈ ਵਾਰ, ਇਹਦਾ ਮਤਲਬ ਰਾਹ ਮਾਰ ਲੋਕ ਜਿਹੜੇ ਨੇ, ਜਿਹੜੇ ਦੌਲਤ ਲਈ ਰਾਹ ਮਾਰੀ ਕਰਦੇ ਨੇ, ਗਲਤ ਰਾਹ ਅਪਣਾਉਂਦੇ ਨੇ, ਉਹਨਾਂ ਨੂੰ ਦੋ ਦੋ ਕੌਡੀਆਂ ਪਿੱਛੇ ਬੰਦਾ ਮਾਰਨ ਤੋਂ ਵੀ ਸੰਕੋਚ ਨਹੀਂ ਹੁੰਦੇ। ਅੱਜ ਦੇ ਯੁੱਗ ਅੰਦਰ, ਕਿਉਂਕਿ ਗੁਰੂ ਨਾਨਕ ਨੀਚ ਦੇ ਹੀ ਵਿਚਾਰ ਦੱਸ ਰਿਹਾ ਕਿ ਬਿਰਤੀ ਕਿੱਥੋਂ ਤੱਕ ਨੀਚ ਹੋ ਜਾਂਦੀ ਹੈ ਕਿ ਦੋ ਕੌਡੀਆਂ ਲਈ ਬੰਦਾ ਮਾਰ ਦਿੱਤਾ, ਪਰ ਮਨ ਤੇ ਇੱਕ ਅਸਰ ਹੋਇਆ ਭਲਿਆ ਦੋ ਕੌਡੀਆਂ ਲਈ। ਆਪਾਂ ਕਈ ਵਾਰ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਰਚਨਾ ਤੋਂ ਇਹ ਸਾਖੀ ਸੁਣ ਲਿਆ, ਪਰ ਅੱਗੇ ਜਾ ਕੇ ਕਹਿੰਦੇ ਨੇ ਜਦੋਂ ਮਾਂ ਨੂੰ ਜਾ ਕੇ ਕੁਹਾੜਾ ਸੁੱਟ ਕੇ ਆਖਿਆ ਨਾ ਮੇਰੇ ਕੋਲੋਂ ਬੰਦਾ ਨਹੀਂ ਮਰਦਾ, ਬਾਲਮੀਕ ਦੀ ਸਾਖੀ ਵਿੱਚ ਹੈ, ਦੋ ਕੌਡੀਆਂ ਪਿੱਛੇ ਮਾਂ ਬੰਦਾ ਮਾਰ ਦਿੱਤਾ, ਮਾਂ ਨੇ ਦੋ ਕੌਡੀਆਂ ਫੜ ਲਈਆਂ, ਜਾ ਕੇ ਦੋ ਕੌਡੀਆਂ ਦੀਆਂ ਮੱਛੀਆਂ ਛੋਟੀਆਂ ਛੋਟੀਆਂ ਲੈ ਆਏ ਅਤੇ ਆਖਣ ਲੱਗੀ ਆ ਵੇਖ ਤੇਰੇ ਨਾਲੋਂ ਮਾੜਾ, ਤੂੰ ਤਾਂ ਇਹਦੇ ਨਾਲੋਂ ਬਹੁਤ ਚੰਗਾ, ਇਹਨੇ ਕਿੰਨੀਆਂ ਮੱਛੀਆਂ ਮਾਰੀਆਂ ਨੇ, ਦੋ ਕੌਡੀਆਂ ਪਿੱਛੇ ਤੂੰ ਤਾਂ ਇੱਕੋ ਹੀ ਬੰਦਾ ਮਾਰਿਆ। ਖਿਆਲ ਕਰਿਓ, ਗੁਰੂ ਕਹਿੰਦੇ ਜਦੋਂ ਕਾਚਾ ਧਨ ਸੰਚੇ ਮੂਰਖ ਗਵਾਰ ਦੀ ਅਵਸਥਾ ਜਾਂਦੀ ਹੈ, ਉਦੋਂ ਉਹ ਕਾਚੇ ਧਨ ਲਈ ਗਲ ਵੱਢ ਹੱਤਿਆ ਕਮਾਏ ਤੋਂ ਵੀ ਸੰਕੋਚ ਨਹੀਂ ਕਰਦਾ। ਅੱਜ ਦੇ ਯੁੱਗ ਅੰਦਰ ਵੀ ਤੁਸੀਂ ਦੇਖ ਸਕਦੇ ਹੋ ਅਨੇਕਾਂ, ਤੁਸੀਂ ਵਾਰਦਾਤਾਂ ਪੇਪਰਾਂ ਵਿੱਚ ਵੀ, ਨਿਊਜ਼ ਪੇਪਰਾਂ ਵਿੱਚ ਵੀ ਪੜ੍ਹਦੇ ਸੁਣਦੇ ਰਹਿੰਦੇ ਹੋ ਕਿ ਅਨੇਕਾਂ ਕਤਲ ਥੋੜ੍ਹੀ ਥੋੜ੍ਹੀ ਦੌਲਤ ਪਿੱਛੇ ਹੁੰਦੇ ਨੇ ਅਤੇ ਹੋ ਰਹੇ ਨੇ। ਗੁਰੂ ਨੇ ਬੇਸ ਉਸ ਕਾਚੇ ਧਨ ਸੰਚੇ ਮੂਰਖ ਗਵਾਰ ਨੂੰ ਬਣਾਇਆ, ਅਤੇ ਕਹਿੰਦੇ ਨੇ ਉਸ ਕਾਚੇ ਧਨ ਸੰਚਨ ਦੇ ਦੁਆਲੇ ਹੀ ਇੱਕ ਚੋਰ ਖਲੋਤਾ, ਇੱਕ ਹਤਿਆਰਾ ਖਲੋਤਾ, ਇੱਕ ਪਾਪੀ ਖਲੋਤਾ,
एक कूड़ेआर खलोते कूड़ेआर की है एक पखंड जिड़ा अंदरों कुछ होवे बाहर कुछ कुछ होर होवे उन्हों कूड़ेआर रखते हैं जो बिन प्रतीति कूड़ी कूड़ी अखी मीट दे कूड़ की है असलियत ते पड़दा पौना झूठ दार्थ की है असलियत ते पड़दा पौना ਜਦੋਂ ਕੋਈ ਇਹ ਲਫ਼ਜ਼ ਆਉਂਦਾ ਠੱਗ ਲਈ ਮੈਂ ਇੱਕ ਵਾਰ ਕੀਤੀ ਸੀ ਚੋਰ ਡਾਕੂ ਤੇ ਠੱਗ ਤਿੰਨ ਚੀਜ਼ਾਂ ਵੱਖ ਵੱਖ ਨੇ ਤਿੰਨਾਂ ਦਾ ਨਿਸ਼ਾਨਾ ਇੱਕੋ ਹੈ ਕਿਸਮ ਵੱਖਰੀਆਂ ਵੱਖਰੀਆਂ ਨੇ ਤਿੰਨੋਂ ਹੀ ਦੌਲਤ ਚਾਹੁੰਦੇ ਨੇ ਅਤੇ ਕਿਸੇ ਦੀ ਕਮਾਈ ਹੋਈ ਦੌਲਤ ਚਾਹੁੰਦੇ ਨੇ ਚੋਰ ਦਾ ਕੰਮ ਹੈ ਰਾਤ ਦੇ ਅੰਧੇਰੇ ਵਿੱਚ ਚੋਰੀ ਕਰਦਾ ਹੈ ਅਤੇ ਘਰ ਦਾ ਮਾਲਕ ਸੁੱਤਾ ਪਿਆ ਹੋਵੇ ਤਾਂ ਚੋਰੀ ਕਰਦਾ ਜੇ ਜਾਗ ਪਏ ਤਾਂ ਛੱਡ ਕੇ ਦੌੜ ਜਾਂਦਾ ਡਾਕੂ ਜਿਹੜਾ ਉਹ ਦਿਨ ਦੇ ਚਾਨਣ ਵਿੱਚ ਡਾਕਾ ਵੀ ਮਾਰ ਸਕਦਾ ਰਾਤ ਦੇ ਅੰਧੇਰੇ ਵਿੱਚ ਵੀ ਮਾਰ ਸਕਦਾ ਉਹ ਬੰਦੂਕ ਦੀ ਨਾਲੀ ਸੀਨੇ 'ਤੇ ਰੱਖਦਾ ਸੁੱਤੇ ਦੇ ਕੋਲੋਂ ਦਾ ਘਰ ਨਹੀਂ ਚੋਰੀ ਕਰਦਾ ਬਲਕਿ ਜੇ ਸੁੱਤਾ ਵੀ ਪਿਆ ਹੋਵੇ ਤਾਂ ਬੰਦੂਕ ਦੀ ਨਾਲੀ ਸੀਨੇ 'ਤੇ ਰੱਖਦਾ ਅਤੇ ਉਹਨੂੰ ਜਗਾ ਲੈਂਦਾ ਆਖਦਾ ਜੋ ਕੁਝ ਅਸੀਂ ਰੱਖ ਦੇ ਉਹਨੂੰ ਡਾਕੂ ਕਹਿੰਦੇ ਨੇ ਹੁਣ ਲੈ ਦੌਲਤ ਉਹ ਵੀ ਲੈ ਕੇ ਗਿਆ ਜਿਹੜਾ ਚੋਰ ਹੈ ਦੌਲਤ ਇਸਨੇ ਲਿਜਾਣੀ ਹੈ ਲੇਕਿਨ ਕਿਸਮ ਵੱਖਰੀ ਹੈ ਚੋਰ ਰਾਤ ਦੇ ਅੰਧੇਰੇ ਵਿੱਚ ਸੁੱਤੇ ਘਰ ਵਾਲੇ ਕੋਲੋਂ ਲੈ ਕੇ ਗਿਆ ਇਹਨੇ ਸੁੱਤੇ ਨੂੰ ਵੀ ਜਗਾ ਲਿਆ ਅਤੇ ਜ਼ਬਰ ਨਾਲ ਲੈ ਕੇ ਗਿਆ ਆਖਦਾ ਰੱਖ ਦੇ ਜੋ ਕੁਝ ਰੱਖਣਾ ਹੈ ਅਤੇ ਮੈਂ ਅਰਜ਼ ਕੀਤੀ ਸੀ ਠੱਗ ਇਹਨਾਂ ਦੋਵਾਂ ਨਾਲੋਂ ਜ਼ਿਆਦਾ ਖਤਰਨਾਕ ਉਹ ਹੈ ਕੂੜਿਆਰ ਕੂੜਿਆਰ ਦਾ ਅਰਥ ਹੈ ਠੱਗ ਜਿਹੜਾ ਉੱਪਰੋਂ ਹੋਰ ਹੋਵੇ ਅੰਦਰੋਂ ਹੋਰ ਹੋਵੇ ਜਿਹੜਾ ਆਪਣੀ ਅਸਲੀਅਤ ਨੂੰ ਝੂਠ ਨਾਲ ਛੁਪਾ ਲਵੇ ਕੂੜ ਨਾਲ ਛੁਪਾ ਲਵੇ ਝੂਠ ਮਨੁੱਖ ਬੋਲਦਾ ਹੀ ਉਦੋਂ ਹੈ ਜਦੋਂ ਕੋਈ ਅਸਲੀਅਤ ਛੁਪਾਉਣੀ ਹੋਵੇ ਇੱਕ ਖਿਆਲ ਕਰੇ ਝੂਠ ਦਾ ਸਹਾਰਾ ਉਦੋਂ ਹੀ ਲਿਆ ਜਾਂਦਾ ਕੂੜ ਦਾ ਸਹਾਰਾ ਉਦੋਂ ਹੀ ਲਿਆ ਜਾਂਦਾ ਜਦੋਂ ਕੋਈ ਅਸਲੀਅਤ ਛੁਪਾਉਣੀ ਹੋਵੇ ਅਤੇ ਅਸਲੀਅਤ ਛੁਪਾਉਣ ਵਾਲਾ ਕੌਣ ਹੁੰਦਾ ਠੱਗ ਨਾ ਉਹ ਰਾਤ ਦੇ ਅੰਧੇਰੇ ਵਿੱਚ ਚੋਰੀ ਕਰਦਾ ਨਾ ਉਹ ਦਿਨ ਦੇ ਚਾਨਣ ਵਿੱਚ ਡਾਕਾ ਮਾਰਦਾ ਉਹ ਕੀ ਕਰਦਾ ਤੁਹਾਡਾ ਬਣ ਜਾਂਦਾ ਦੋਸਤ ਦੋਸਤ ਤੋਂ ਬਾਅਦ ਬਣ ਜਾਂਦਾ ਭਰਾ ਆਪਣੇ ਅੰਦਰ ਦੀ ਜਿਹੜੀ ਉਹ ਲਾਲਚ ਲੋਭ ਦੀ ਜ਼ਹਿਰ ਹੈ ਨਾ ਉਹਨੂੰ ਛੁਪਾ ਕੇ ਮਿੱਠੇ ਮਿੱਠੇ ਬਚਨਾਂ ਨਾਲ ਤੁਹਾਡੇ ਨਾਲ ਆਪਣੱਤ ਪੈਦਾ ਕਰ ਲੈਂਦਾ ਉਹ ਹੈ ਠੱਗ ਮਸਲਾ ਉਹਦਾ ਵੀ ਤਾਂ ਹੈ ਪਰ ਉਹਨੇ ਚੋਰੀ ਨਹੀਂ ਕੀਤੀ ਡਾਕਾ ਨਹੀਂ ਮਾਰਿਆ ਆਪਣੇ ਕੂੜ ਨਾਲ ਆਪਣੀ ਬਣਤਰ ਨਾਲ ਆਪਣੇ ਪਖੰਡ ਨਾਲ ਭਰਮ ਪੈਦਾ ਕਰਕੇ ਭਰਾ ਵਾਲਾ ਇੰਨਾ ਵਿਸ਼ਵਾਸ ਪੈਦਾ ਕਰ ਲਿਆ ਕਿ ਤੁਸੀਂ ਆਪਣੇ ਘਰ ਦੀਆਂ ਚਾਬੀਆਂ ਨੂੰ ਆਪੇ ਹੀ ਸੌਂਪ ਦਿੱਤੀਆਂ ਨੇ ਮੈਂ 10 ਦਿਨ ਚੱਲਿਆ ਮੇਰਾ ਘਰ ਤੂੰ ਸੰਭਾਲੀ ਤੇ ਜਦੋਂ ਆਉਂਦੇ ਆ ਘਰ ਵਿੱਚ ਕੁਝ ਨਾ ਰਿਹਾ ਤੇ ਉਦੋਂ ਪਤਾ ਲੱਗਾ ਨਹੀਂ ਇਹ ਤਾਂ ਠੱਗ ਸੀ ਪਤਾ ਲੱਗਿਆ ਨਾ ਲੇਕਿਨ ਉਸਨੇ ਪਤਾ ਨਹੀਂ ਲੱਗਣ ਦਿੱਤਾ ਜਿੰਨੀ ਦੇਰ ਉਹਨੇ ਆਪ ਪਖੰਡ ਜਿੰਨਾ ਉਹ ਕੂੜ ਹੈ ਮੈਂ ਕਰਜ਼ ਕਰਾਂ ਉਹਦੇ ਵਿੱਚ ਇਹੋ ਕਾਰਨ ਹੈ ਗੁਰੂ ਨੇ ਪਖੰਡ ਨੂੰ ਠੱਗ ਆਖਿਆ ਤੇ ਠੱਗ ਆਖਣ ਲੱਗਿਆਂ ਸੰਤ ਨੂੰ ਵੀ ਆਖ ਦਿੱਤਾ ਕਹਿੰਦੇ ਨੇ ਜਿਹੜਾ ਭੇਖਧਾਰੀ ਹੈ ਨਾ ਸੰਤ ਜਿਹੜਾ ਭੇਖਧਾਰੀ ਸਾਧ ਹੈ ਨਾ ਜਿਹੜਾ ਆਪਣੇ ਕੂੜ ਨੂੰ ਆਪਣੇ ਅੰਦਰਲੇ ਨੂੰ ਛੁਪਾਈ ਬੈਠਾ ਤੇ ਨਵੇਂ ਨਵੇਂ ਪਹਿਰਾਵੇ ਪਹਿਣ ਕੇ ਦੁਨੀਆ ਨੂੰ ਆਪਣੇ ਪਿੱਛੇ ਲਾ ਕੇ ਠੱਗ ਰਿਹਾ ਗੁਰੂ ਕਹਿੰਦੇ ਨੇ ਮੈਂ ਇਹਨੂੰ ਵੀ ਠੱਗ ਹੀ ਆਖਣਾ ਸੰਤ ਨਹੀਂ ਆਖਣਾ ਗੁਰੂ ਨੇ ਬਾਣੀ ਵਿੱਚ ਆਖ ਦਿੱਤਾ ਕਹਿਣ ਲੱਗੇ ਗਲੀ ਜਿੰਨਾ ਜਪ ਮਾਲੀਆਂ ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨੇ ਬੱਗ ਜਿਨ੍ਹਾਂ ਨੇ ਮਾਲਾਂ ਗਲ ਵਿੱਚ ਪਾਈਆਂ ਹੋਈਆਂ ਨੇ ਤੇ ਮਾਝ ਧੋ ਕੇ ਚੰਗੇ ਚਮਕਾ ਕੇ ਗੜਵੇ ਹੱਥ ਵਿੱਚ ਫੜੇ ਹੋਏ ਨੇ ਆਪਣੀ ਤਾਂ ਆਪਣੇ ਸੇਵਾਦਾਰ ਨੂੰ ਫੜਾ ਛੱਡੇ ਨੇ ਮੇਰੇ ਪਿੱਛੇ ਪਿੱਛੇ ਗੜਵਾ ਲੈ ਕੇ ਤੁਰਿਆ ਹੈ ਗੁਰੂ ਕਹਿੰਦੇ ਨੇ ਮੈਂ ਉਹਨਾਂ ਨੂੰ ਸੰਤ ਨਹੀਂ ਆਖਦਾ ਕੂੜੀ ਕੂੜੀ ਅੱਖੀ ਮੀਟਦੇ ਕੂੜਿਆਰ ਜਿਹੜਾ ਵੀ ਅਸਲੀਅਤ ਨੂੰ ਛੁਪਾ ਕੇ ਸੰਸਾਰ ਨੂੰ ਲੁੱਟਣਾ ਚਾਹੁੰਦਾ ਧਨ ਕਮਾਉਣਾ ਚਾਹੁੰਦਾ ਦੇਖ ਲਓ ਇਸ ਕਿਸਮ ਦੇ ਠੱਗ ਵੀ ਅੱਜ ਸਭ ਤੋਂ ਅਮੀਰ ਹੋ ਸਕਦਾ ਜੇ ਉਹ ਕਿਰਸਾਨੀ ਕਰਦੇ ਹੁੰਦੇ ਜੇ ਉਹ ਦੁਕਾਨਦਾਰੀ ਕਰਦੇ ਹੁੰਦੇ ਜੇ ਉਹ ਮੁਲਾਜ਼ਮਤ ਕਰਦੇ ਹੁੰਦੇ ਤੇ ਐਡੀ ਛੇਤੀ ਐਡੇ ਵੱਡੇ ਮਹੱਲ ਨਾ ਬਣਾ ਸਕਦੇ ਜਿੰਨੇ ਵੱਡੇ ਡੇਰੇ ਉਹਨਾਂ ਨੇ ਕੁਝ ਵਰਿਆਂ ਵਿੱਚ ਬਣਾ ਲਏ ਕਿਉਂ ਬਣਾ ਲਏ
ਖੰਡ ਨਾਲ ਬਣਾਏ। ਇਹ ਤਾਂ ਸਾਡੀ ਕਮੀ ਹੈ ਨਾ, ਅਸੀਂ ਉਹਨਾਂ ਠੱਗਾਂ ਨੂੰ ਪਛਾਣ ਨਹੀਂ ਸਕਦੇ। ਤੇ ਗੁਰੂ ਨੇ ਬਾਣੀ ਵੀ ਚੱਖ ਦਿੱਤਾ, ਕਹਿਣ ਲੱਗੇ ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨੇ ਬੱਗ ਓਏ ਹਰ ਕੇ ਸੰਤ ਨਾ ਆਖੀਏ ਓਏ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ ਠੱਗ ਕੀ ਕੁੜਿਆ ਜਿਹੜਾ ਆਪਣੇ ਝੂਠ ਦੇ ਪਰਦੇ ਨਾਲ ਜਿਹੜਾ ਭਰਮ ਪੈਦਾ ਕਰਕੇ ਕਿਸੇ ਦੇ ਸਾਹਮਣੇ ਆਪਣੀ ਅਸਲੀਅਤ ਛੁਪਾ ਕੇ ਮਨ ਹੋਰ ਤੇ ਮੁੱਖ ਹੋਰ ਹੋਵੇ ਐਸਾ ਮਨੁੱਖ ਠੱਗ ਹੈ ਤੇ ਇਸੇ ਨੂੰ ਹੀ ਕੂੜਿਆ ਰੱਖਦੇ। ਦੌਲਤ ਲਈ ਸੰਸਾਰ ਦੇ ਲੋਕ ਕਿਸੇ ਨਾਲ ਜਦੋਂ ਠੱਗੀ ਕਰਦੇ ਨੇ ਗੁਰੂ ਉਹਨਾਂ ਨੂੰ ਕੂੜਿਆ ਰੱਖਦਾ ਹੈ ਦੌਲਤ ਲਈ। ਅਸੰਖ ਕੂੜਿਆਰ ਕੂੜੇ ਫਿਰਾ ਹੈ ਅਸੰਖ ਮਲੇਛ ਮਲ ਭਖ ਖਾ ਹੈ। ਹੁਣ ਇੱਥੇ ਮਲੇਛ ਲਫ਼ਜ਼ ਸਮਝੀਏ। ਮਲੇਛ ਦਾ ਅਰਥ ਹੈ ਮੈਲ ਨਾਲ ਭਰਿਆ ਹੋਇਆ ਦਾਗੀ ਪੁਰਸ਼। ਮੈਲ ਕੀ ਹੈ? ਕੱਪੜਾ ਜਿੱਡਾ ਮਰਜ਼ੀ ਖੂਬਸੂਰਤ ਹੋਵੇ, ਬੜਾ ਸੋਹਣਾ ਪ੍ਰਿੰਟ ਹੋਵੇ, ਜਿਹਨੂੰ ਚਾਹ ਨਾਲ ਖਰੀਦ ਕੇ ਲਿਆਓ ਅਤੇ ਲਗਾਤਾਰ 2-4 ਮਹੀਨੇ ਧੋਣਾ ਨਾ ਮਿਲੇ, ਪਹਿਨਣਾ ਪੈ ਜਾਏ ਅਤੇ ਉਹਨੂੰ ਲੱਗ ਜਾਏ ਮੈਲ, ਅਤੇ ਮੈਲ ਨਾਲ ਉਹਦੀ ਸਾਰੀ ਪ੍ਰਿੰਟ ਦੀ ਖੂਬਸੂਰਤੀ ਖਤਮ ਹੋ ਜਾਂਦੀ। ਜਿਹੜਾ ਖੂਬਸੂਰਤੀ ਨੂੰ ਛੁਪਾ ਲਏ ਉਹਨੂੰ ਮੈਲ ਆਖਦੇ, ਮੈਲ ਆਖਦੇ। ਇਸ ਲਈ ਰੱਬ ਨੂੰ ਜਦੋਂ ਆਖਿਆ ਨਾ, ਬਿਲਕੁਲ ਮਿਲਦਾ ਜੁਲਦਾ ਲਫ਼ਜ਼ ਹੈ, ਬਾਬਾ ਨਾਮਦੇਵ ਜੀ ਦਾ ਸ਼ਬਦ ਹੈ। ਇੱਥੇ ਮਲੇਛ ਹੈ, ਉੱਥੇ ਹੈ, ਇਹਨੂੰ ਵਿਸਥਾਰ ਨਾਲ ਸਮਝਾਇਆ ਹੋਇਆ ਮਲੈ ਨਾ ਲਾਛ ਹੈ ਪਰਮ ਲੋ, ਜਿਹੜਾ ਉਹ ਮਲ ਤੋਂ ਪਰਾਂ ਰਹਿਣ ਵਾਲਾ ਨਿਰਮਲ ਨਿਰਮਲ ਸੂਚਾ ਹੈ ਉਹਨੂੰ ਮੈਲ ਨਹੀਂ ਲੱਗਦੀ। ਮਲੈ ਨਾ ਲਾਛ ਹੈ ਪਾਰਮਲੋ ਪਰਮਲੀਓ ਬੈਠੋ ਦੀ ਆਈ। ਉਹ ਪ੍ਰਭੂ ਜਿਹਨੂੰ ਮੈਲ ਨਹੀਂ ਲੱਗਦੀ ਕਿਉਂਕਿ ਉਹ ਮੈਲ ਤੋਂ ਪਰਾਂ ਨਿਰਮਲ ਹੈ, ਪਰਮਲੋ ਮੈਲ ਤੋਂ ਦੂਰ ਰਹਿਣ ਵਾਲਾ, ਉਹਦੇ ਘਰ ਵਿੱਚ ਮੈਲ ਨਹੀਂ ਪ੍ਰਵੇਸ਼ ਕਰ ਸਕਦੀ। ਇਸ ਲਈ ਉਹ ਮਲੈ ਨਾ ਲਾਛ ਹੈ, ਇੱਥੇ ਲਫ਼ਜ਼ ਹੈ ਉਹਨੂੰ ਇਕੱਠਿਆਂ ਕਰਕੇ ਮਲੇਛ, ਜਿਹਨੂੰ ਮੈਲ ਲੱਗਦੀ ਹੈ, ਮੈਲ ਦਾ ਭਰਿਆ ਹੋਇਆ। ਤੇ ਉਹ ਮੈਲ ਕੀ ਹੈ? ਲੋਭ ਦੀ, ਹੰਕਾਰ ਦੀ। ਲੋਭ ਤੇ ਹੰਕਾਰ ਦੋਨੋਂ ਮੈਲ ਨੇ। ਮਨੁੱਖ ਦੇ ਜੀਵਨ ਦੇ ਜਿੰਨੇ ਸੁਕਰਮ ਨੇ ਸਾਰਿਆਂ ਦੀ ਉਹਨੂੰ ਬਦਸੂਰਤ ਕਰ ਦਿੰਦੇ ਨੇ ਜਿਹਦੇ ਕੋਲ ਲੋਭ ਤੇ ਹੰਕਾਰ ਆ ਜਾਏ। ਫਿਰ ਕੀ ਹੁੰਦਾ? ਜਦੋਂ ਲੋਭ ਤੇ ਹੰਕਾਰ ਆਉਂਦਾ ਨਾ, ਉਦੋਂ ਉਹਦਾ ਬੋਲਣਾ ਫਿੱਕਾ ਹੋ ਜਾਂਦਾ, ਮੈਲਾ ਹੋ ਜਾਂਦਾ। ਮੇਰਾ ਬੋਲਣਾ ਹੀ ਮੈਲਾ ਨਹੀਂ ਹੁੰਦਾ, ਭਲਾ ਸੋਚਿਓ ਸੰਸਾਰ ਅੰਦਰ ਪਿਛਲੀ ਜਿਹੜੀ ਲਿਸਟ ਆਈ ਹੈ, ਐਸੇ ਗੁਨਾਹਾਂ ਨਾਲ ਕਮਾਈ ਹੋਈ ਦੌਲਤ ਜਿਹੜੀ ਹੈ, ਉਹਦੇ ਕਮਾਉਣ ਵਾਲਾ ਜਦੋਂ ਹੰਕਾਰੀ ਹੋਏਗਾ, ਉਹਦੀ ਭਾਖ ਜਿਹੜੀ ਹੈ ਬੋਲਣਾ ਮੈਲਾ ਹੋ ਜਾਏਗਾ, ਅਤੇ ਉਹਦੀ ਖੁਰਾਕ ਭਲਾ ਜਿਹੜੀ ਐਸ ਕਮਾਈ ਵਿੱਚੋਂ ਨਿਕਲੀ ਹੈ ਉਹ ਭਲਾ ਖੁਰਾਕ ਕੀ ਹੋਏਗੀ? ਬਾਬੇ ਨਾਨਕ ਨੇ ਐਵੇਂ ਨਹੀਂ ਆਖਿਆ ਸੀ ਮਲਕ ਭਾਗੋ ਨੂੰ ਕਿ ਤੇਰੇ ਮਾਲ ਪੂੜਿਆਂ ਨੂੰ ਖਾਣ ਦਾ ਮੈਨੂੰ ਸ਼ੌਕ ਨਹੀਂ, ਮੈਨੂੰ ਰਸ ਨਹੀਂ ਆਉਂਦਾ, ਕਿਉਂਕਿ ਇਹਦੇ ਅੰਦਰ ਜਿਹੜੀ ਕਮਾਈ ਹੈ ਨਾ ਉਹ ਹੈ ਮਲੇਛ। ਬੜਾ ਸਪਸ਼ਟ ਆਖਿਆ ਤੇ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਇੱਥੇ ਆਖ ਦਿੱਤੀ। ਕਹਿਣ ਲੱਗੇ ਅਸੰਖ ਮਲੇਛ ਮਲ ਭਖ ਖਾਹੇ। ਪਾਪ ਮਹਿਲ ਨੇ, ਲੋਭ ਮਹਿਲ ਹੈ, ਹੰਕਾਰ ਮਹਿਲ ਹੈ। ਤੇ ਜਦੋਂ ਮਨੁੱਖ ਤੇ ਇਸ ਧਨ ਦਾ ਪ੍ਰਭਾਵ ਪੈਂਦਾ ਨਾ, ਉਦੋਂ ਹੁੰਦਾ ਕਿ ਇਸ ਮਾਇਆ ਦੇ ਪ੍ਰਭਾਵ ਦਾ ਜ਼ਿਕਰ ਬਾਣੀ ਵਿੱਚ ਕਰ ਦਿੱਤਾ ਗੁਰੂ ਨੇ। ਗੁਰੂ ਕਹਿੰਦੇ ਨੇ ਮਾਥੇ ਤ੍ਰਿਕਟੀ ਦ੍ਰਿਸ਼ਟ ਕਰੂਰ,
ਜਿਹਦੇ 'ਤੇ ਦੌਲਤ ਦਾ ਪ੍ਰਭਾਵ ਹੰਕਾਰ ਹੋ ਜਾਏ ਨਾ, ਉਹ ਫਿਰ ਜਦੋਂ ਕਿਸੇ ਨੂੰ ਵੇਖਦਾ ਤਿਉੜੀ ਪਾਉਂਦਾ ਹੈ, ਆਹ ਮੇਰੇ ਸਾਹਮਣੇ ਕੀ ਹੈ, ਉਹਦੀ ਦ੍ਰਿਸ਼ਟ ਕਰੂਰ ਹੋ ਜਾਂਦੀ ਹੈ, ਹਰ ਇੱਕ ਨੂੰ ਔਖੀ ਨਿਗਾਹ ਨਾਲ ਦੇਖਦਾ, ਕਿਸੇ ਨਾਲ ਮੁਸਕਰਾ ਕੇ ਗੱਲ ਨਹੀਂ ਕਰ ਸਕਦਾ, ਕਿਸੇ ਨਾਲ ਪਿਆਰ ਵੰਡ ਨਹੀਂ ਸਕਦਾ, ਦ੍ਰਿਸ਼ਟ ਕਰੂਰ, ਉਹਦੀ ਜ਼ਬਾਨ ਵੀ ਜਿਹੜੀ ਹੈ ਉਹ ਵੀ ਮੈਲੀ ਹੋ ਜਾਂਦੀ ਹੈ, ਬੋਲੇ ਕੌੜਾ ਜੇ ਬਾਕੀ ਫੂਟ। ਗੁਰੂ ਕਹਿੰਦੇ ਨੇ ਇਹ ਨਿਸ਼ਾਨੀ ਹੈ, ਮਲੇਸ਼ ਮਾਲ ਪੱਖ ਖਾਹੇ, ਅਸੰਖ ਮਲੇਸ਼ ਮਲ ਪੱਖ ਖਾਹੇ, ਅਸੰਖ ਨਿੰਦਕ ਸਿਰ ਕਰੇ ਭਾਏ। ਹੁਣ ਦੂਜੇ ਦੀ ਨਿੰਦਾ ਉਹੀ ਕਰੇ ਕਰਨਾ ਜਿਹੜਾ ਆਪਣੇ ਆਪ ਨੂੰ ਮਹਾਨ ਸਮਝਦਾ। ਜਦੋਂ ਉਹਦੇ ਕੋਲ ਦੌਲਤ ਆ ਗਈ ਤੇ ਕੇਵਲ ਦੌਲਤ ਦਾ ਪੁਜਾਰੀ ਹੋ ਗਿਆ, ਫਿਰ ਹੰਕਾਰੀ ਵੀ ਹੋ ਗਿਆ, ਹੁਣ ਕਿਸੇ ਨੂੰ ਵੀ ਚੰਗਾ ਹਰ ਕਦੇ ਅਵਗੁਣ ਹੀ ਪਿਆ ਲੱਭਦਾ। ਕਹਿੰਦਾ ਕਿਤੇ ਐਸਾ ਨਾ ਹੋਵੇ ਕੋਈ ਗੁਣਾ ਨਾਲ ਮੇਰੇ ਸਾਹਮਣੇ ਮੇਰੇ ਨਾਲੋਂ ਚੰਗਾ ਸਾਬਤ ਹੋ ਜਾਏ। ਗੁਰੂ ਨੇ ਬਾਣੀ ਵਿੱਚ ਇਸ ਲਈ ਆਖ ਦਿੱਤਾ, ਕਹਿਣ ਲੱਗੇ ਜਦੋਂ ਕਿਸੇ ਦੇ ਛਿਦਰ ਦੇਖਦਾ, ਜੋ ਦੇਖੇ ਛਿਦਰ ਤੋ ਨਿੰਦਕ ਉਮਾਹੇ, ਖੁਸ਼ ਹੁੰਦਾ ਹੈ। ਮੇਰੇ ਸਾਹਮਣੇ ਖੜਾ ਹੋਇਆ ਸੀ, ਇਹਦੇ 'ਤੇ ਆਹ ਇਲਜ਼ਾਮ ਲਾ ਦਿਓ, ਅਤੇ ਜੇ ਉਹ ਚੰਗਾ ਸਾਬਤ ਹੋ ਜਾਏ ਬੜਾ ਦੁਖੀ ਹੁੰਦਾ। ਜੋ ਦੇਖੇ ਛਿਦਰ ਤੋ ਨਿੰਦਕ ਉਮਾਹੇ, ਭਲੋ ਦੇਖ ਦੁੱਖ ਭਰੀ ਹੈ, ਬੜਾ ਦੁਖੀ ਹੁੰਦਾ। ਗੁਰੂ ਕਹਿੰਦੇ ਨੇ ਫਿਰ ਉਹਦੇ ਵਿੱਚ ਐਸੇ ਕਾਚੇ ਧਨ ਦੇ ਪ੍ਰਭਾਵ, ਹੰਕਾਰ ਅਤੇ ਲੋਭ ਦੇ ਵੱਸ ਇਸ ਬਿਰਤੀ ਵਿੱਚ ਇਹ ਆਦਤ ਆ ਜਾਂਦੀ ਹੈ ਕਿ ਉਹ ਨਿੰਦਾ ਕਰ ਕਰ, ਦੂਜਿਆਂ ਨੂੰ ਮਾੜਾ ਸਾਬਤ ਕਰ ਕਰ, ਆਪਣੇ ਮੋਢਿਆਂ 'ਤੇ ਉਹਨਾਂ ਦੇ ਗੁਨਾਹਾਂ ਦਾ ਭਾਰ ਵੀ ਉਠਾਈ ਜਾਂਦਾ। ਅਸੰਖ ਨਿੰਦਕ ਸਿਰ ਕਰੇ ਭਾਰ, ਕਹਿਣ ਲੱਗੇ ਬਸ ਨਾਨਕ ਮੂਰਖ ਇਹ ਗੁਣ, ਇਹ ਨਿਸ਼ਾਨੀ ਹੈ ਮੂਰਖ। ਕਾਚਾ ਧਨ ਸੰਚੈ ਮੂਰਖ ਗਵਾਰ, ਬੇਸੁਖ ਅਵਗੁਣ ਲੈ ਲਿਆ। ਕਹਿਣ ਲੱਗੇ ਸਵੇਰੇ ਜ਼ਿਕਰ ਕੀਤਾ ਸੀ ਧਰਮ ਕਮਾਉਣ ਵਾਲਿਆਂ ਦਾ, ਅਤੇ ਹੁਣ ਜ਼ਿਕਰ ਕਰ ਰਿਹਾ ਜਾਇਜ਼ ਨਜਾਇਜ਼ ਢੰਗ ਨਾਲ ਧਨ ਦੀ ਰੁਚੀ ਰੱਖਣ ਵਾਲਿਆਂ ਦਾ। ਧਨ ਕਿਰਤ ਨਾਲ ਹੋਵੇ, ਗੁਰੂ ਨੇ ਇਸੇ ਲਈ ਬਾਣੀ ਵਿੱਚ ਆਖ ਦਿੱਤਾ, ਪੌੜੀ ਸੇਵ ਕੀਤੀ ਸੰਤੋਖੀ, ਜਿਨ ਸੱਚੋ ਸੱਚ ਤੇ ਆਇਆ ਉਨੀ ਮੰਦੇ ਪੈਰ ਨਾ ਰੱਖੀਓ। ਉਹ ਧਨ ਕਮਾਉਣ ਲਈ ਗੱਲ ਵੱਡੇ ਹੱਤਿਆ ਕਮਾਏ ਨਹੀਂ, ਉਹ ਧਨ ਕਮਾਉਣ ਲਈ ਚੋਰ ਹਰਾਮ ਖੋਰ ਨਹੀਂ, ਉਹ ਧਨ ਕਮਾਉਣ ਲਈ ਕੂੜਿਆਰ ਕੂੜੇ ਫਿਰਾਏ ਨਹੀਂ, ਕੋਈ ਠੱਗੀ ਨਹੀਂ, ਕੋਈ ਬੇਈਮਾਨੀ ਨਹੀਂ, ਕਿਸੇ ਦਾ ਬੁਰਾ ਨਹੀਂ ਚਿਤਵਦੇ। ਆਖਦੇ ਨੇ ਹੇ ਮੇਰੇ ਮਾਲਕ, ਜਿੱਥੇ ਮੈਨੂੰ ਤੂੰ ਰੱਖੇਂਗਾ ਮੈਂ ਤੇਰੀ ਰਜ਼ਾ ਵਿੱਚ ਰਹਾਂਗਾ, ਤੂੰ ਮੈਨੂੰ ਕੋਈ ਗਰੀਬ ਥੋੜ੍ਹਾ ਦੇਖਣਾ ਚਾਹੁੰਦਾ, ਤੂੰ ਮੈਨੂੰ ਕੋਈ ਦੁਖੀ ਥੋੜ੍ਹਾ ਰੱਖ, ਤੇਰੇ ਘਰ ਦੇ ਵਿੱਚ ਸਾਰੇ ਖਜ਼ਾਨੇ ਹੋਣ ਅਤੇ ਮੈਂ ਆਪਣੀ ਕੋਸ਼ਿਸ਼ ਇਸ ਵਿੱਚ ਲੱਗਾ ਰਹਾਂ ਕਿ ਮੈਂ ਦੁਨੀਆਂ ਕੋਲੋਂ ਖੋਹ ਕੇ ਆਪਣਾ ਖਜ਼ਾਨਾ ਬਣਾ ਲਵਾਂਗਾ। ਇਹਦਾ ਮਤਲਬ ਮੈਨੂੰ ਤੈਨੂੰ ਮੇਰੇ ਮਨ ਵਿੱਚ ਤੇਰਾ ਅਤੇ ਤੇਰੇ ਧਨ ਦਾ, ਤੇਰੀ ਦੌਲਤ ਦਾ, ਤੇਰੇ ਖਜ਼ਾਨਿਆਂ ਦਾ ਵਿਸ਼ਵਾਸ ਨਹੀਂ। ਗੁਰੂ ਕਹਿੰਦੇ ਨੇ ਉਹ ਹਨ ਧਰਮੀ ਪੁਰਸ਼ ਉੱਤਮ, ਇਹ ਹਨ ਕੇਵਲ ਦੌਲਤ ਲਈ ਗੁਣਾਂ ਦਾ ਸਹਾਰਾ ਲੈਣ ਵਾਲੇ, ਪਾਪਾਂ ਦੇ ਸਹਾਰੇ ਦੌਲਤ ਇਕੱਠੀ ਕਰਕੇ ਫਿਰ ਉਹਦੇ ਵਿੱਚੋਂ ਹੰਕਾਰ ਪੈਦਾ ਕਰਕੇ ਹੰਕਾਰੀ ਜੀਵਨ ਜਿਉਣ ਵਾਲੇ, ਇਹ ਹਨ ਨੀਚ। ਨਾਨਕ ਨੀਚ ਕਹੇ ਵਿਚਾਰ, ਨਾਨਕ ਇਸ ਪੌੜੀ ਵਿੱਚ ਨੀਚਾਂ ਦੀ ਵਿਚਾਰ ਕਰਦਾ, ਕੇਵਲ ਆਪ ਆਪਣੇ ਆਪ ਨੂੰ ਸ਼ਾਮਿਲ ਕਰਨ ਦੀ ਤਰਕੀਬ ਬਣਾਉਂਦਾ। ਕਿਉਂਕਿ ਗੁਰੂ ਨਾਨਕ ਕਹਿੰਦਾ ਮੈਂ ਜੇ ਦੂਜਿਆਂ ਨੂੰ ਮਾੜਾ ਆਖਿਆ ਤੇ ਨਿੰਦਾ ਹੋ ਜਾਏਗੀ, ਜੇ ਕੇਵਲ ਨੀਚਾਂ ਨੂੰ ਨੀਚ ਆਖਿਆ ਮਤ ਨਿੰਦਾ ਹੋ ਜਾਏ, ਇਸ ਲਈ ਆਪ ਸ਼ਾਮਿਲ ਹੁੰਦਾ। ਜਿਵੇਂ ਮੈਂ ਪਹਿਲੀ ਤੋਂ ਪੜ੍ਹੀ ਸੀ ਕਿ ਕੰਚਨ ਨਾਰੀ ਮੈਂ ਜੀਉ ਲੁਭਤ ਹੈ, ਮੋਹ ਮਿੱਠਾ ਮਾਇਆ, ਘਰ ਮੰਦਰ ਘੋੜੇ ਖੁਸ਼ੀ, ਮਨ ਹਨ ਰਸ ਲਾਇਆ, ਹਰ ਪ੍ਰਭ ਚਿੱਤ ਨਾ ਆਵਈ, ਕਿਉਂ ਛੂਟਾ ਮੇਰੇ ਹਰ ਰਾਇਆ ਮੇਰੇ ਰਾਮ। ਪੜਿਓ ਇਹ ਨੀਚ ਕਰਮ ਹਰ ਮੇਰੇ, ਹੁਣ ਭਲਾ ਗੁਰੂ ਦੇ ਨੀਚ ਕਰਮ ਨੇ, ਐਸਾ ਤੇ ਹੋ ਹੀ ਨਹੀਂ ਸਕਦਾ। ਲੇਕਿਨ ਗੁਰੂ ਸਾਡੀ ਥਾਂ ਤੇ ਨੀਚ ਲਈ ਵੀ ਜਦੋਂ ਗੱਲ ਕਰਦਾ ਕਹਿੰਦੇ ਨਹੀਂ, ਮੈਂ ਆਪਣੇ ਆਪ ਨੂੰ ਇਹਦੇ ਨਾਲੋਂ ਵੱਖ ਕਰਕੇ ਹੰਕਾਰੀ ਨਾ, ਹੰਕਾਰ ਦੀ ਕੋਈ ਅੰਸ਼ ਨਾ ਅੰਦਰ ਆਵੇ, ਇਸ ਲਈ ਨਾਲ ਸ਼ਾਮਿਲ ਹੋ ਜਾਂਦਾ। ਗੁਰੂ ਕਹਿੰਦੇ ਨੇ
नानक नीच कहे विचार, नानक नीच कहे विचार, तेरी रहमत जे राज बहाले ता कौन बढ़ाए, जे भीख मंगावे ता क्या घट जाए। मैं अपनी रुचि विच धन नहीं बिठाना चाहता, रुचि विच धर्म बिठाना चाहना। धन दुनिया दे सुख तेरी रहमत विच ने, जिस तरह देवे जिस तरह रखे, जै बसाले तै बैसा स्वामी, जै भेजें तै जावा। जिमें तू रखें उमें रहांगा, जिव तुम रखो तिव ही रहना, जो तुम कहो सोई मोय करना। मैनू ये अवस्था चाहिए है। इन्हों शब्दों नाल खिमा दा जा चिखा, फतेह बुलाओ। वाहिगुरु जी का खालसा, वाहिगुरु।